ब्रेक ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਆਪ ਸਭ ਦਾ ਐਨ ਆਰ ਆਈ ਮੀਟ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਯੂਏਈ ਦੇ ਸ਼ਹਿਰ ਦੁਬਈ ਦੇ ਵਿੱਚ ਇੱਕ ਸਮਾਜਿਕ ਕਾਰਕਟਰਤਾ ਇੱਥੇ ਦੀ ਇੱਕ ਉੱਗੀ ਪਰਸਨੈਲਿਟੀ ਜਗਜੀਤ कौर ਪਦਮ ਜੀ ਨਾਲ ਤੁਸੀਂ ਆਈ ਐਲ ਐ ਯਾਨੀ ਇੰਡੀਅਨ ਲੇਡੀਜ਼ ਐਸੋਸੀਏਸ਼ਨ ਦੁਬਈ ਦੇ ਜੁਆਇੰਟ ਸੈਕਟਰੀ ਹੋ ਇਸ ਐਸੋਸੀਏਸ਼ਨ ਦਾ ਕੀ ਕੰਮ ਹੈਗਾ ਬੇਸਿਕਲੀ ਆ ਜੋ ਹਾਊਸ ਵਾਈਫਸ ਰਹਿੰਦੀਆਂ ਆ ਉਹਨਾਂ ਨੂੰ ਅਸੀਂ ਆਪਸ ਵਿੱਚ ਜੋੜਨ ਦਾ ਕੰਮ ਕਰਦੇ ਆ ਜੀ ਜਿਸ ਤਰ੍ਹਾਂ ਉਹਦੇ ਹਾਊਸ ਵਾਈਫ ਚ ਵੀ ਬਹੁਤ ਸਾਰੀ ਪਰਸਨੈਲਿਟੀਆਂ ਰਹਿੰਦੀਆਂ ਆ ਬਹੁਤ ਐਕਟਿਵ ਲੇਡੀਆਂ ਰਹਿੰਦੀਆਂ ਜੀ ਜੀ ਤੇ ਉਹਨਾਂ ਦੇ ਵਿੱਚ ਜੋ ਸਪੈਸ਼ialਟੀ ਹੈਗੀ ਆ ਉਹਨੂੰ ਕਿਸ ਤਰੀਕੇ ਨਾਲ ਅਸੀਂ ਬਾਹਰ ਕੱਢ ਸਕਦੇ ਆ ਜਿਸ ਤਰ੍ਹਾਂ ਅਸੀਂ ਬਹੁਤ ਸਾਰੇ ਕੈਂਪ ਆਰਗੇਨਾਈਜ਼ ਕਰਦੇ ਆ ਜੀ ਜਿਸ ਤਰ੍ਹਾਂ ਪੇਂਟਿੰਗ ਕੰਪੀਟੀਸ਼ਨ ਕੁਕਿੰਗ ਕੰਪੀਟੀਸ਼ਨ ਸਿੰਗਿੰਗ ਕੰਪੀਟੀਸ਼ਨ ਤਾਂ ਇਹਦੇ ਚ ਜੋ ਹਾਊਸ ਵਾਈਫਸ ਰਹਿੰਦੀਆਂ ਆ ਉਹਨਾਂ ਦਾ ਜੋ ਆਰਟ ਹੈਗਾ ਉਹ ਉਭਰ ਕੇ ਆਉਂਦਾ ਅਸੀਂ ਇੱਕ ਸਾਲ ਚ 10 ਪਾਰਟੀਆਂ ਉਹਨਾਂ ਦੇ ਲਈ ਆਰਗੇਨਾਈਜ਼ ਕਰਦੇ ਹਾਂ ਸੋਸ਼ਲ ਜੀ ਜੀ ਔਰ ਉਹਦੇ ਬਾਅਦ ਜੋ ਮੇਨ ਜੋ ਕਮੇਟੀ ਦਾ ਕੰਮ ਆ ਜਾਂ ਜੋ ਮੈਂਬਰ ਕਾਰਕਿਰਤਾ ਆ ਕੇ ਸਾਹਮਣੇ ਹੋ ਕੇ ਕੰਮ ਕਰਨਾ ਚਾਹੁੰਦੇ ਆ ਸੋਸ਼ਲ ਸਮਾਜ ਦੇ ਲਈ ਜੀ 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 ਉਹਨਾਂ ਦੇ ਨਾਲ ਮਿਲ ਕੇ ਅਸੀਂ ਹਸਪੀਟਲ ਵਿਜ਼ਿਟ ਕਰੀ ਦਿਆ ਜਿਸ ਨਾਲ ਕੋਈ ਕੈਂਸਰ ਪੇਸ਼ੈਂਟ ਆ ਉਹਦੇ ਲਈ ਡੋਨੇਟ ਕਰਨਾ ਉਹਨੂੰ ਕਿਸ ਚੀਜ਼ ਦੀ ਲੋੜ ਆ ਉਹਨੂੰ ਉਪਲਬਧ ਕਰਾਉਣਾ ਫਿਰ ਦੂਸਰਾ ਸਾਡਾ ਸਭ ਤੋਂ ਮੇਨ ਜੋ ਜ਼ਿਆਦਾ ਕੰਮ ਰਿੰਦਾ ਉਹ ਹੈਗਾ ਹੈ ਲੇਬਰ ਕੈਂਪ ਵਿਜ਼ਿਟ ਰਾਸ਼ਟਰਪਤੀ ਜੀ ਜਦ ਇੱਥੇ ਆਏ ਉਹਨਾਂ ਨੇ ਲੇਬਰ ਕੈਂਪ ਵਿਜ਼ਿਟ ਕੀਤੀ ਓਕੇ ਵਿਜ਼ਿਟ ਕਰਨ ਤੋਂ ਬਾਅਦ ਆ ਸਮਝ ਮਾਇਆ ਸਮਝ ਆਏ ਕਿ ਜਦ ਆਫਟਰ 60 ইয়ার্স ਜਦ ਲੇਬਰ ਇੱਥੋਂ ਜਾਂਦੀ ਹੈ ਇਹ ਜੋ ਵੀ ਕੰਮ ਕਰਨ ਵਾਲਾ ਇੱਥੋਂ ਲੇਬਰ ਕਲਾਸ ਜਾਂਦਾ ਹੈ ਤੇ ਉਹਦੇ ਹੱਥ ਪੱਲੇ ਕੁਝ ਨਹੀਂ ਰਹਿੰਦਾ ਜੀ ਤੇ ਉਹਦੇ ਲਈ ਗਵਰਨਮੈਂਟ ਨੇ ਕੁਝ ਕਰਨਾ ਚਾਹੀਦਾ ਹੈ ਆ ਸੋਚ ਕੇ ਉਹਨਾਂ ਨੇ ਇੱਕ ਪੈਨਸ਼ਨ ਪਲਾਨ ਲੇਬਰ ਦੇ ਲਈ ਕੀਤਾ ਹੈ ਜਿਸ ਤਰ੍ਹਾਂ 5 ਸਾਲ ਤੱਕ ਲੇਬਰ ਇੱਥੇ ₹1000 ₹1000 ਨਾਟ ਦਰਮ ਅੱਛਾ ₹1000 ਇਹ ਦਿਓ 5 ਸਾਲ ਤੱਕ ਆਪਣੇ ਐਨਆਰਆਈ ਖਾਤੇ 'ਚ ਜਮਾ ਕਰਦਾ ਹੈ ਤਾਂ ਇੰਡੀਅਨ ਗਵਰਨਮੈਂਟ ਉਹਦੇ ਉੱਪਰ ਉਹਨੂੰ ₹5000 ਦੇਗੀ ਅੱਛਾ 5000 ਰੁਪਏ ਉਹ ਦੇ ਗਿਓ ਨੂੰ ਤੇ ਇਸ ਤਰ੍ਹਾਂ ਜਦੋਂ 60 ਸਾਲ ਉਹਦੇ ਹੋ ਜਾਣਗੇ ਉਹਦੇ ਬਾਅਦ ਜੋ ਵੀ ਉਹਦਾ ਇੰਟਰਸਟ ਮਿਲਾ ਕੇ 8% ਜਾਂ 6% ਜੋ ਵੀ ਹੁੰਦਾ ਹੈ ਤਾਂ ਉਸ ਤਰੀਕੇ ਨਾਲ ਜਮਾ ਕਰੀਓ ਨੂੰ ਕਾਫੀ ਵੱਡਾ ਅਮਾਉਂਟ ਮਿਲ ਜਾਂਦਾ ਹੈ ਤਾਂ ਅਸੀਂ ਲੋਕ ਆਹ ਵਾਲੇ ਅਵੇਰਨੈਸ ਪ੍ਰੋਗਰਾਮ ਮੋਸਟਲੀ ਕਰਦੇ ਆ ਇੱਥੇ ਲੇਬਰ ਦੇ ਲਈ ਫਿਰ ਉਹਨਾਂ ਦੇ ਲਈ ਹੈਲਥ ਕੈਂਪ ਆਰਗੇਨਾਈਜ਼ ਕਰਦੇ ਆ ਕਿਉਂਕਿ ਇੱਥੇ ਮੈਡੀਕਲ ਕਾਫੀ ਮਹਿੰਗਾ ਹੈ ਲੇਬਰ ਖਰੀਦ ਕੇ ਖਾ ਨਹੀਂ ਸਕਦੀ ਇਸ ਕਰਕੇ ఎవਰੀ 3 ਮੰਥਸ ਵੀ ਅਸੀਂ ਲੇਬਰ ਕੈਂਪ ਆਰਗੇਨਾਈਜ਼ ਕਰਦੇ ਆ ਜਿਨ੍ਹਾਂ ਦੇ ਲਈ ਇਨਕਮ 2000 ਤੋਂ ਘੱਟ ਹੈਗੀ ਆ ਅੱਛਾ ਉਹਨਾਂ ਦੇ ਲਈ ਆਰਗੇਨਾਈਜ਼ ਕਰਕੇ 3-3 ਦੀ 2000 ਦਰਮ ਤੋਂ ਘੱਟ ਹੈਗੀ ਆ ਉਹਨਾਂ ਦੇ ਲਈ ਆਰਗੇਨਾਈਜ਼ ਕਰਕੇ ਇੱਕ ਵਾਰੀ ਚ 300-400 ਲੇਬਰ ਲੇਬਰ ਕੈਂਪ ਮਤਲਬ ਉਹਦੇ ਚ ਆਉਂਦੀ ਆ ਹੈਲਥ ਕੈਂਪ ਚ ਫਿਰ ਉਹਨਾਂ ਦੇ ਲਈ ਮੈਡੀਕਲ ਪ੍ਰੋਵਾਈਡ ਕਰਾਣਾ ਮੈਡੀਸਿਨ ਦੇਣਾ ਫਿਰ ਉਹਨਾਂ ਨੂੰ ਗਿਫਟ ਹੈਂਪਰਸ ਇਹ ਉਹ ਪ੍ਰੋਵਾਈਡ ਕਰਾਈਦਾ ਹੈ ਲੰਚ ਵੀ ਉਹਨਾਂ ਨੂੰ ਪ੍ਰੋਵਾਈਡ ਕਰਾਈਦਾ ਹੈ। ਅੱਛਾ। ਆ ਕੰਮ ਸਾਡਾ ਮੇਨ ਹੈਗਾ। ਫਿਰ ਤੀਸਰਾ ਕੰਮ ਇਹ ਸਾਡਾ ਜੇਲ ਵਿਜ਼ਿਟ। ਅੱਛਾ। ਅਸੀਂ ਲੋਕ ਜੇਲ ਚ ਜਾ ਕੇ ਜਿਸ ਤਰ੍ਹਾਂ ਵਿਜ਼ਿਟ ਕਰੀ ਦਿਆਂ ਜੋ ਉੱਥੇ ਦੀ ਲੇਡੀਆਂ ਹੈਗੀਆਂ ਆ ਉਹਨਾਂ ਦੇ ਲਈ ਕੱਪੜੇ ਪ੍ਰੋਵਾਈਡ ਕਰਾਉਣਾ ਹੈ। ਔਰ ਇਸ ਤਰੀਕੇ ਦੇ ਕਾਫੀ ਸਾਰੇ ਕੰਮ ਕਰੀ ਦਿਆ। ਮਤਲਬ ਕਿ ਜੋ ਜੇਲ ਵਿੱਚ ਲੇਡੀਆਂ ਨੇ, ਕਿਹਾ ਉਹ ਇੰਡੀਅਨ ਨੇ। ਇੰਡੀਅਨ, ਬੰਗਲਾਦੇਸ਼ੀ ਜੋ ਵੀ ਹੈ ਗਿਆ। ਉਹਨਾਂ ਦੇ ਲਈ। ਮਤਲਬ ਇੱਥੇ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਇੰਡੀਅਨ ਲੇਡੀਸ ਨੂੰ ਵੀ ਪਨਿਸ਼ਮੈਂਟ ਹਾਂ ਪਨਿਸ਼ਮੈਂਟ ਤੇ ਪਨਿਸ਼ਮੈਂਟ ਹੈ ਨਾ ਕਿਉਂਕਿ ਜ਼ਿਆਦਾਤਰ ਇੱਥੇ ਇੰਡੀਅਨ ਲੇਡੀਸ ਮੈਂ ਦੇਖਿਆ ਉਹ ਹਾਊਸ ਵਾਈਫਸ ਨੇ ਨਹੀਂ ਜੋ ਛੋਟੀ ਜੋ ਲੇਬਰ ਕਲਾਸ ਚ ਆਉਂਦੇ ਆ ਜਿਸ ਤਰ੍ਹਾਂ ਹਾਊਸ ਮੇਡਸ ਵਗੈਰਾ ਆ ਉਹਨਾਂ ਦੇ ਲਈ ਮਤਲਬ ਉਹਨਾਂ ਦਾ ਰਹਿੰਦਾ ਖੱਲੀ ਬੱਲੀ ਹੋ ਗਏ ਜਿਸ ਤਰ੍ਹਾਂ ਉਹਨਾਂ ਦੇ ਲਈ ਆ ਸਭ ਰਿhta ਹੈ ਅੱਛਾ ਜਗਜੀਤ ਜੀ ਇੱਥੇ ਸਰਬੱਤ ਦਾ ਭਲਾ ਤੁਸੀਂ ਸਰਬੱਤ ਦਾ ਭਲਾ ਦੇ ਮੈਂਬਰ ਹੋ ਹਾਂਜੀ ਸਰਬੱਤ ਦਾ ਭਲਾ ਬਾਰੇ ਕੁਝ ਦੱਸਣ ਦੀ ਕੋਸ਼ਿਸ਼ ਕਰੋ ਸਰਬੱਤ ਦਾ ਭਲਾ ਦਾ ਕੀ ਕੰਮ ਹੈਗਾ ਇੱਥੇ ਉਹ ਕੀ ਕਰਦੇ ਨੇ ਸਰਬੱਤ ਦਾ ਭਲਾ ਐਕਚੁਅਲੀ ਉਹਦੇ ਚ ਹੱਲੀ ਲੇਡੀਜ਼ ਬ੍ਰਾਂਚ ਜਿਸ ਤਰ੍ਹਾਂ ਚਾਲੂ ਨਹੀਂ ਹੋਈ ਆ ਆਰਗੇਨਾਈਜ਼ ਨਹੀਂ ਹੋ ਸਕੀ ਆ ਉਹ ਵੱਲੀ ਤੱਕ ਕਿਉਂਕਿ ਪੰਜਾਬੀ ਲੇਡੀਜ਼ ਜਿਸ ਤਰ੍ਹਾਂ ਅੱਗੇ ਆ ਨਹੀਂ ਰਹੀਆਂ ਜਿਸ ਤਰੀਕੇ ਨਾਲ ਆਉਣਾ ਚਾਹੀਦਾ ਹੈ ਕੰਮ ਕਰਨ ਲਈ ਲੇਕਿਨ ਤੁਸੀਂ ਤਾਂ ਐਕਟਿਵ ਹੋ ਸਰਬੱਤ ਦਾ ਭਲਾ ਵਿੱਚ ਮੈਂ ਇੱਕ ਐਕਸੈਪਸ਼ਨਲ ਖੋਸਕ ਦਾ ਉਹਨਾਂ ਨੂੰ ਐਜ਼ ਅ ਸਪੋਰਟ ਮੈਂ ਜਾਂਦੀ ਆ ਜਿੰਨਾ ਜੋ ਵੀ ਉਹਨਾਂ ਦੇ ਬਲੱਡ ਡੋਨੇਸ਼ਨ ਕੈਂਪ ਹੁੰਦੇ ਆ ਜਾਂ ਉਹਨਾਂ ਨੂੰ ਕੋਈ ਲੋੜ ਲੱਗਦੇ ਤਾਂ ਉਹ ਡੈਫੀਨਿਟਲੀ ਮੈਨੂੰ ਫੋਨ ਕਰਨਗੇ ਮੇਲ ਕਰਨਗੇ ਫਿਰ ਮੈਂ ਉਹਨਾਂ ਨੂੰ ਐਜ਼ ਅ ਸਪੋਰਟ ਉਹਨਾਂ ਦਾ ਕੰਮ ਕਰਨ ਜਾਂਦੀ ਆ ਸਰਬਤ ਦੇ ਪੱਲੇ ਦਾ ਬੇਸਿਕਲੀ ਉਹਨਾਂ ਦਾ ਕੀ ਕੰਮ ਹੈ ਬੇਸਿਕਲੀ ਉਹਨਾਂ ਦਾ 뮤직 ਸਿਖਾਉਣਾ ਬੱਚਿਆਂ ਨੂੰ ਗੁਰਸਿੱਖੀ ਬਾਰੇ ਉਹਨਾਂ ਨੂੰ ਜਾਣਕਾਰੀ ਦੇਣੀ ਔਰ ਬਾਕੀ ਜੋ ਵੀ ਪ੍ਰੋਬਲਮਸ ਆ ਗਈਆਂ ਉਹਨਾਂ ਨੇ ਮੋਦੀ ਖਾਣਾ ਸ਼ੁਰੂ ਕੀਤਾ ਆ ਮੋਦੀ ਖਾਣਾ ਚ ਕਲੈਕਟ ਕਰਕੇ ਮਤਲਬ ਰਾਸ਼ਨ ਕਲੈਕਟ ਕਰਕੇ ਉਹ ਵੀ ਉਹ ਲੇਬਰਸ ਨੂੰ ਦਿੰਦਿਆ ਫਿਰ ਉਹਨਾਂ ਦੇ ਕੋਲ ਜਿਸ ਤਰ੍ਹਾਂ ਦੇ ਪ੍ਰੋਬਲਮਸ ਆਉਂਦੀਆਂ ਉਹਨਾਂ ਦੀ ਵੀ ਜੇਲ ਵਿజిਟ ਹੁੰਦੀ ਆ ਜੇਲ ਚੋਂ ਕਾਫੀ ਸਾਰੇ ਕੇਸਿਸ ਇਸ ਤਰ੍ਹਾਂ ਦੇ ਰਹਿੰਦੇ ਆ ਜੋ ਕਾਫੀ ਟਾਈਮ ਤੋਂ ਜੇਲ ਚ ਰਹਿੰਦੇ ਆ ਔਰ ਉਹਨਾਂ ਦੇ ਪੇਪਰ ਪੁਸ਼ ਕਰਨ ਲਈ ਕੋਈ ਨਹੀਂ ਰਹਿੰਦਾ ਤੇ ਉਹ ਪੇਪਰ ਪੁਸ਼ ਕਰਕੇ ਉਹ ਬੰਦੇ ਨੂੰ ਬਾਹਰ ਕੱਢਣਾ ਤੇ ਆ ਵੀ ਇੱਕ ਬਹੁਤ ਵੱਡਾ ਕੰਮ ਵੈਸੇ ਜੋ ਲੇਬਰ ਦੀ ਤੁਸੀਂ ਪ੍ਰੋਬਲਮ ਦੱਸ ਰਹੇ ਹੋ ਕੀ ਉਹਦਾ ਕਾਰਨ ਅਨਪੜਤਾ ਹੈ yes ਉਹਨਾਂ ਨੂੰ ਅਵੇਰਨੈਸ ਪ੍ਰੋਗਰਾਮ ਚੱਲ ਰਹੇ ਆ ਉਹਨਾਂ ਨੂੰ ਕੈਂਪਸ ਚ ਜਾ ਕੇ ਕੰਪਿਊਟਰ ਪੜਾਉਣਾ ਅਰਬੀ ਪੜਾਉਣਾ ਇੰਗਲਿਸ਼ ਐਜੂਕੇਟ ਕਰਨਾ ਆਸਾ ਪ੍ਰੋਗਰਾਮਸ ਵੀ ਸਰਬੱਧ ਦੇ ਪਲੇ ਵਾਲੇ ਬਹੁਤ ਅੱਛੇ ਤਰੀਕੇ ਨਾਲ ਚਲਾ ਰਹੇ ਆ ਫਿਰ ਉਹਨਾਂ ਦਾ ਗੇਮਸ ਚ ਅਵੇਰਨੈਸ ਕਬੱਡੀ ਔਰ ਮੇਰੇ ਖਿਆਲ ਨਾਲ ਕ੍ਰਿਕਟ ਆ ਸਭ ਵੀ ਉਹਨਾਂ ਦਾ ਚੱਲਦਾ ਰਹਿੰਦਾ ਆ ਔਰ ਉਹਨਾਂ ਦੇ ਬੱਚਿਆਂ ਦੇ ਵੀ ਕੈਂਪ ਵਗੈਰਾ ਹੁੰਦੇ ਰਹਿੰਦੇ ਆ ਸਮਾ ਕੈਂਪ ਵਗੈਰਾ ਚੱਲਦੇ ਰਹਿੰਦੇ ਉਹਨਾਂ ਦੇ ਚਲੋ ਇਹ ਬਹੁਤ ਵਧੀਆ ਕੰਮ ਹੈ ਜੋ ਆਏ ਤੁਹਾਡੇ ਆਈਐਲਏ ਔਰ ਸਰਬਤ ਦਾ ਭਲਾ ਇੱਕ ਅਵੇਅਰਨੈਸ ਤੇ ਪ੍ਰੋਗਰਾਮ ਚ ਚਲਾਉਂਦੇ ਨੇ ਔਰ ਮੈਡੀਕਲ ਵਾਸਤੇ ਵੀ ਕੈਂਪਿੰਗ ਕਰਦੇ ਨੇ ਔਰ ਸਪੈਸ਼ਲੀ ਇਹਨਾਂ ਦੇ ਰਮضان ਦੇ ਮਹੀਨੇ ਚ ਸਰਬਤ ਦੇ ਭਲੇ ਦੇ ਚਾਰ ਤੇ ਬਲੱਡ ਡੋਨੇਸ਼ਨ ਦੇ ਫਿਕਸ ਹੀ ਰਹਿੰਦੇ ਆ ਕਿਉਂਕਿ ਰਮضان ਦੇ ਮਹੀਨੇ ਚ ਜੋ ਮੁ슬ਿਮ ਆ ਉਹ ਬਲੱਡ ਡੋਨੇਟ ਜਾਂ ਅਦਰ ਕਾਸਟ ਡੋਨੇਟ ਨਹੀਂ ਕਰਦੀਆਂ ਤੇ ਸਿੱਖਾਂ ਨੂੰ ਹਮੇਸ਼ਾ ਇਸ ਤਰ੍ਹਾਂ ਰਹਿੰਦਾ ਹੈ ਕਿ ਅਸੀਂ ਡਿਫਰੈਂਟ ਟਾਈਪ ਦਾ ਕੰਮ ਕਰਕੇ ਡਿਫਰੈਂਟ ਟਾਈਪ ਨਾਲ ਸਮਾਜ ਦੀ ਸੇਵਾ ਕਰਨੀ ਆ ਤੇ ਇਸ ਟਾਈਮ ਤੇ ਅਸੀਂ ਪੂਰਾ ਬਲੱਡ ਕਲੈਕਟ ਕਰਕੇ ਫਿਰ ਉਹ ਗਵਰਨਮੈਂਟ ਨੂੰ ਦਈਦਾ ਹੈ ਐਜ਼ ਅ ਦੁਬਈ ਗਵਰਨਮੈਂਟ ਦੇ ਸਪੋਰਟ ਨਾਲ ਐਕਚੁਅਲੀ ਕੈਂਪ ਲੱਗਦਾ ਹੈ ਤੇ ਜੋ ਥੈਲੇਸੀਮੀਆ ਪੇਸ਼ੈਂਟਸ ਰਹਿੰਦੇ ਆ ਬੇਸਿਕਲੀ ਉਹਨਾਂ ਦੇ ਲਈ ਕਲੈਕਟ ਕਰਕੇ ਉਹ ਬਲੱਡ ਉਹਨਾਂ ਨੂੰ ਜਾਂਦਾ ਹੈ ਜਗਜੀਤ ਜੀ ਜੋ ਤੁਸੀਂ ਸੋਸ਼ਲ ਵਰਕ ਕਰ ਰਹੇ ਹੋ ਇਸ ਸਮਾਜ ਵਾਸਤੇ ਇੱਥੇ ਦੇ ਕੀ ਉਹ ਸਿਰਫ ਇੰਡੀਅਨਸ ਵਾਸਤੇ ਹੀ ਆ ਨਹੀਂ ਨਹੀਂ ਆਤ ਕੋਈ ਵੀ ਕਾਜ਼ ਦਾ ਕਿਸ ਤਰ੍ਹਾਂ ਦਾ ਵੀ ਬੰਦਾ ਹੈ ਉਹਦੇ ਲਈ ਅਸੀਂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਜਿਸ ਤਰ੍ਹਾਂ ਹੁਣ ਮੈਂ ਤਾਂ ਉਹਨੇ ਇੱਕ ਵਾਕਿਆ ਦੱਸਦੀ ਹਾਂ ਪਿੱਛੇ ਜਏ ਇੱਕ ਇਸਤਰੀ ਮੈਂ ਸ਼ਾਮ ਨੂੰ ਬੈਠੀ ਹੋਈ ਸੀ ਤੇ ਇਕਬਾਲ ਭਾਈ ਕਰਕੇ ਕਹਿ ਗਿਆ ਸਾਡੇ ਪਛਾਣ ਦੇ ਮਤਲਬ ਐਸੋਸੀਏਸ਼ਨ ਨਾਲ ਹੀ ਅਟੈਚਡ ਹੈ ਗਿਆ ਉਹਨਾਂ ਦਾ ਫੋਨ ਹਾਂਜੀ ਇੰਡੀਅਨ ਹੈ ਗਿਆ ਉਹਨਾਂ ਦਾ ਫੋਨ ਆਇਆ ਕਿ ਮੈਡਮ ਲਖਨਊ ਕੇ ਦੋ ਆਦਮੀ ਹੈ ਉਨਕੋ ਕੁੱਕ ਦੇ ਵੀਜ਼ਾ ਤੇ ਬੁਲਾਇਆ ਹੈ ਅੱਛਾ ਔਰ ਉਹਨਾਂ ਤੋਂ ਕੰਮ ਕਰਵਾ ਰਹੇ ਐ embroiderry ਦਾ ਉਹਨਾਂ ਦਾ ਜੋ ਹੈਗਾ ਯਾਰ ਬਾਪ ਅੱਛਾ ਔਰ ਕੁਝ ਇਸ ਤਰ੍ਹਾਂ ਦਾ ਹੋਇਆ ਕਿ ਉਹਨੂੰ ਬੰਦੇ ਨੂੰ ਕਾਫੀ ਪਰੇਸ਼ਾਨ ਕੀਤਾ ਤੇ ਉਹ ਮੁੰਡੇ ਨੂੰ ਪੈਸੇ ਵੀ ਨਹੀਂ ਦਿੰਦੇ ਸੀ ਉਹ ਹਫਤੇ ਚ 5000 ਰੁਪਏ ਦੇਨੇ ਰੋਟੀ ਪਾਣੀ ਲਈ ਨਹੀਂ ਦੇਣਾ ਪਾਣੀ ਵੀ ਦਿਨ ਚ ਪੂਰੇ ਦਿਨ ਚ ਇੱਕ ਵਾਰੀ ਪੀਣ ਨੂੰ ਦੇਣਾ ਇੱਕ ਅੱਧੀ ਵਾਰੀ ਮੁੰਡੇ ਨੇ ਆਬਜੈਕਸ਼ਨ ਲਿਆ ਤਾਂ ਉਹਨੂੰ ਪ੍ਰੈਸ ਵਗੈਰਾ ਵੀ ਲਗਾ ਦਿੱਤੀ ਅੱਛਾ ਇਸ ਤਰ੍ਹਾਂ ਸਭ ਦੇ ਕਿ ਆ ਸਭ ਕੇਸਿਸ ਵੀ ਆਉਂਦੇ ਆ ਨਹੀਂ ਹੈ ਕਿ ਸਰਦਾਰ ਆ ਜਾਂ ਹਿੰਦੂਆ ਤਦੀ ਉਸ ਉਹ ਕਰਨੀਆ ਉਹ ਲਖਨਊ ਦੇ ਮੁਸਲਿਮ ਸੀ ਅਸੀਂ ਉਹਨਾਂ ਲਈ ਵੀ ਕੁਝ ਕੀਤਾ ਨਹੀਂ ਮੈਂ ਇੰਡੀਅਨਸ ਔਰ ਨਾਨ ਇੰਡੀਅਨਸ ਦੀ ਗੱਲ ਕਰ ਰਿਹਾ ਨਹੀਂ ਨਹੀਂ ਕਰ ਕਈ ਬੰਗਲਾਦੇਸ਼ੀ ਲੋਕਾਂ ਲਈ ਵੀ ਕਰੀਦਾ ਹੈ ਜੋ ਆ ਜਾਏ ਜਿਹਨੂੰ ਜਿਸ ਚੀਜ਼ ਦੀ ਜ਼ਰੂਰਤ ਆ ਪੂਰੀ ਕੋਸ਼ਿਸ਼ ਕਰੀਦੀ ਆ ਕਰਨ ਦੀ ਜੇ ਜੇ ਤੁਸੀਂ ਔਰ ਤੁਹਾਡੀ ਬਹੁਤ ਵੱਡੀ ਟੀਮ ਸੋਸ਼ਲ ਵਰਕ ਕਰ ਰਹੀ ਹੈ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਦੀ ਹੈ ਲੋਕਾਂ ਦੀ ਪ੍ਰੋਬਲਮਸ ਨੂੰ ਸੁਲਝਾਉਂਦੀ ਹੈ ਮੈਨੂੰ ਇਹ ਦੱਸੋ ਕਿ ਅਗਰ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੋਵੇ ਔਰ ਤੁਹਾਨੂੰ ਅਪਰੋਚ ਕਰਨਾ ਚਾਹਵੇ ਤਾਂ ਤੁਹਾਨੂੰ ਕਿਵੇਂ ਕੰਟੈਕਟ ਕਰ ਸਕਦਾ ਹੈ ਐਕਚੁਅਲੀ ਮਤਲਬ ਸਾਡੇ ਲੋਕਾਂ ਨਾਲ ਅਪਰੋਚ ਕਰਨ ਲਈ ਸਾਡੇ ਨੰਬਰ ਅਸੀਂ ਲੋਕ ਦਿੰਦੇ ਰਹਿੰਦੇ ਆ ਔਰ ਰੇਡੀਓ 'ਚ ਵੀ ਕਾਫੀ ਐਡ ਆਨ ਦੇ ਰਿਹਾ ਕਿ ਕਿਸੇ ਨੂੰ ਜ਼ਰੂਰਤ ਆ ਤੇ ਇਸ ਇਸ ਨੰਬਰ ਤੇ ਫੋਨ ਕਰੇ ਫਿਰ ਜਿਸ ਤਰ੍ਹਾਂ ਉਸ ਨੰਬਰ ਤੋਂ ਫਿਰ ਸਾਨੂੰ ਅਪਰੋਚ ਆਉਂਦੀ ਆ ਕਿ ਆ ਕੇਸ ਆਇਆ ਆ ਤਾਂ ਤੁਸੀਂ ਜਾ ਕੇ ਆ ਕੇਸ ਦੇਖ ਲਓ ਜਗਜੀ ਜੀ ਅਖੀਰ ਦੇ ਵਿੱਚ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹਾਂਗਾ ਕਿ ਅਗਰ ਤੁਸੀਂ ਆਪਣੇ ਹਿੰਦੁਸਤਾਨੀ ਪੈਨਪਰਾਂਵਾਂ ਨੂੰ ਕੋਈ ਸੁਨੇਹਾ ਦੇਣਾ ਚਾਹੋ ਕੁਝ ਗੱਲ ਕਹਿਣਾ ਚਾਹੋ ਤਾਂ ਕੀ ਕਹੋਗੇ ਬਸ ਅਖੀਰ ਚ ਆਹੀ ਕਹਿਣਾ ਚਾਹਾਂਗੇ ਕਿ ਸਭ ਪੈਨਪਰਾਂਵਾਂ ਨੂੰ ਆਪਣੇ ਸਮਾਜ ਚ ਰਹਿ ਕੇ ਸਮਾਜ ਦੇ ਲਈ ਜੇਦੀ ਅਸੀਂ ਇੱਕ ਦਿਨ ਚ ਇੱਕ ਇੱਕ ਵੀ ਛੋਟਾ ਛੋਟਾ ਕੰਮ ਕਰੀਏ ਜੀ ਇੱਕ ਬੰਦੇ ਦਾ ਵੀ ਐਸਾ ਅਸੀਂ ਭਲਾ ਕਰੀਏ ਤੇ ਅਸੀਂ ਆਪਣੇ ਸਮਾਜ ਨੂੰ ਕਾਫੀ ਹੱਦ ਤੱਕ ਉੱਪਰ ਤੱਕ ਲੈ ਜਾ ਸਕਦੇ ਆ ਕਾਫੀ ਸੁਧਾਰ ਕਰ ਸਕਦੇ ਆ ਔਰ ਮੈਂ ਪੈਣਾ ਕੋਲ ਆਹੀ ਅਰਦਾਸ ਕਰਦੀ ਆ ਆਹੀ ਬੇਨਤੀ ਕਰਦੀ ਆ ਕਿ ਉਹ ਆਪਣੇ ਆਪ ਨੂੰ ਕਮਜ਼ੋਰ ਨਾ ਸਮਝਣ ਅਸੀਂ ਕਿਸੇ ਤੋਂ ਕਮਜ਼ੋਰ ਨਹੀਂ ਆ ਅਸੀਂ ਬਹੁਤ ਸਟਰੋਂਗ ਆ ਸਿਰਫ ਆਪਣੇ ਆਪ ਨੂੰ ਸਮਝਣ ਦੀ ਲੋੜ ਆ ਅਸੀਂ ਕਿਸ ਤਰੀਕੇ ਨਾਲ ਸਮਾਜ ਚ ਰਹ ਰਹੇ ਆ ਕਿਸ ਤਰੀਕੇ ਨਾਲ ਅਸੀਂ ਕੰਮ ਕਰਨਾ ਥੋੜਾ ਜਿਹਾ ਜੇ ਆਪਾਂ ਆਪਣੇ ਆਪਣੇ ਸਟਰੋਂਗ ਕਰਦੇ ਆ ਆਪਣੇ ਆਪ ਨੂੰ ਸਮਝ ਲਈਏ ਤੇ ਅਸੀਂ ਵੀ ਸਮਾਜ ਨੂੰ ਕਿੱਥੋਂ ਤੋਂ ਕਿੱਥੇ ਤੱਕ ਲੈ ਜਾ ਸਕਦੇ ਆ ਤੁਸੀਂ ਵਾਕਈ ਸਟਰੋਂਗ ਮੈਂ ਦਰਸ਼ਕਾਂ ਨੂੰ ਅਪੀਲ ਕਰਾਂਗਾ ਕਿ ਦੇਖ ਲਓ ਵਾਕਈ ਜਗਜੀਤ ਜੀ ਬਹੁਤ ਸਟਰੋਂਗ ਨੇ ਇਹਨਾਂ ਦੀ ਹਿੰਮਤ ਹੈ ਥੈਂਕ ਯੂ ਥੈਂਕ ਯੂ ਇਹਨਾਂ ਦੀ ਹਿੰਮਤ ਹੈ ਕਿ ਇਹ ਇੱਥੇ ਖੁਦ ਅਰ ਨਹੀਂ ਕਰ ਰਹੇ ਹਾਲਾਂਕਿ ਲੇਕਿਨ ਫਿਰ ਵੀ ਇਹਨੇ ਸੋਸ਼ਲ ਕੰਮ ਕਰਦੇ ਨੇ ਔਰ ਮੇਰੀ ਅਪੀਲ ਵੀ ਹੈ ਕਿ ਇਹਨਾਂ ਤੋਂ ਸਿੱਖਿਆ ਲਓ ਕਿ ਕਿਸ ਤਰ੍ਹਾਂ ਸੋਸ਼ਲੀ ਰਹਿਣਾ ਚਾਹੀਦਾ ਹੈ ਕਿਸ ਤਰ੍ਹਾਂ ਸਮਾਜ ਦੇ ਭਲੇ ਦੇ ਕੰਮ ਕਰਨੇ ਚਾਹੀਦੇ ਨੇ ਜਗਜੀਤ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਆਨੰਦ ਆਇਆ ਬਹੁਤ ਇੱਕ ਮਿੰਟ ਮੈਂ ਥੋੜਾ ਜਿਹਾ ਤੁਹਾਡਾ 2 ਮਿੰਟ ਲੈਣਾ ਚਾਹੂੰਗੀ ਮੈਂ ਸਿਰਫ ਆ ਕਹਿਣਾ ਚਾਹੁੰਦੀ ਆ ਕਿ ਇਹਦੀ ਆਪਾਂ ਸੋਸ਼ਲ ਸਮਾਜ ਦੇ ਲਈ ਕੁਝ ਕਰਨਾ ਆ ਤੇ ਇਸ ਤਰ੍ਹਾਂ ਜ਼ਰੂਰੀ ਨਹੀਂ ਹੈ ਕਿ ਆਪਣੇ ਕੋਲ ਪੈਸਾ ਹੋਣਾ ਬਹੁਤ ਜ਼ਰੂਰੀ ਹੈ ਜੀ ਹਰ ਇਨਸਾਨਾ ਸੋਚਦਾ ਹੈ ਕਿ ਸਾਡੇ ਕੋਲ ਅੱਜ ਪੈਸਾ ਆਏਗਾ ਤਾਂ ਅਸੀਂ ਸਮਾਜ ਲਈ ਕੁਝ ਕਰਨਾ ਹੈ ਜਾਂ ਅਸੀਂ ਕਿਸੇ ਬੰਦੇ ਲਈ ਅੱਜ ਕਰਨਾ ਹੈ ਇਸ ਤਰ੍ਹਾਂ ਨਹੀਂ ਹੈ ਜੇ ਦਿਨ ਸਾਡੇ ਕੋਲ ਪੈਸਾ ਨਹੀਂ ਆ ਹਿੰਮਤ ਚਾਹੀਦੀ ਹੈ ਔਰ ਇੱਕ ਸ਼ਰਮਦਾਨ ਕਰਨ ਦੀ ਆਪਣੇ ਮਨ 'ਚ ਪਾਵਨਾ ਚਾਹੀਦੀ ਹੈ ਕਿ ਅਸੀਂ ਕਿਸ ਤਰੀਕੇ ਨਾਲ ਥੋੜਾ ਜਿਹਾ ਟਾਈਮ ਕੱਢ ਕੇ ਥੋੜਾ ਜਿਹਾ ਸ਼ਰਮਦਾਨ ਕਰਕੇ ਅਸੀਂ ਕਿਸੇ ਬੰਦੇ ਦਾ ਭਲਾ ਕਰ ਸਕਦੇ ਹਾਂ ਜੀ ਵਾਕਈ ਬਹੁਤ ਪਤੇ ਦੀ ਗੱਲ ਤੁਸੀਂ ਕਹੀ ਹੈ ਮੈਨੂੰ ਲੱਗਦਾ ਕਿ ਏ ਲੋਕਾਂ ਦੇ ਮਨਾਂ ਵਿੱਚ ਜ਼ਰੂਰ ਉਤਰੀ ਹੋਏਗੀ ਗੱਲ ਤੁਸੀਂ ਸਾਡੇ ਐਨਆਰਆਈ ਮੀਟ ਦਾ ਇਸ ਸ਼ੋਅ ਦੇ ਵਿੱਚ ਆਏ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਸਾਸਤਰੀਆ ਥੈਂਕ ਯੂ ਵੈਰੀ ਮਚ ਥੈਂਕ ਯੂ ਸਾਸਤਰੀਆ ਦਰਸ਼ਕੋ ਅੱਜ ਦੇ ਸਾਡੇ ਇਸ ਐਪੀਸੋਡ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਈ ਇੱਥੇ ਦੇ ਸਮਾਜਿਕ ਕਾਰਜਕਰਤਾ ਅਤੇ ਇੰਡੀਅਨ ਲੇਡੀਜ਼ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਸਰਬੱਤ ਦਾ ਭਲਾ ਦੇ ਮੈਂਬਰ ਸਦਾਰਨੀ ਜਗਜੀਤ ਕੌਰ ਪਦਮ ਜੀ ਨਾਲ ਐਨ ਆਰ ਆਈ ਮੀਟ ਦੇ ਅਗਲੇ ਕਿਸੇ ਐਪੀਸੋਡ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਅਜੇ ਹੀ ਕਿਸੇ ਹੋਰ ਸ਼ਖਸੀਅਤ ਦੇ ਨਾਲ ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਲਿਖਣਾ ਨਾ ਭੁੱਲਣਾ ਸਾਡਾ ਪਤਾ ਹੈ ਚੜ੍ਹਦੀ ਕਲਾ ਟਾਈਮ ਟੀਵੀ 593 ਐਸ ਐਸ ਟੀ ਨਗਰ ਪਟਿਆਲਾ ਪੰਜਾਬ साईेल आई डी है फीडबैक एट द रेट टाइम टीवी डॉट इन तीन सानल वैबसाइट भी कर सकते हो डबल्यू 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 डॉट टाइम टीवी डॉट इन पर